ਪਾਕਿਸਤਾਨ ਖੇਡੇ ਹੋ ਤੇ ਤੁਹਾਡੀ ਫੈਨ ਫਲਮ ਇਸ ਪਾਕਿਸਤਾਨ ਬਹੁਤ ਵੱਧ ਗਈ ਹੈ, ਕੀ ਕਹਿਣਾ ਚਾਹੋਗੇ ਆਪਣੀ ਗੇਮ ਦੀ ਵਜ੍ਹਾ ਤੋਂ? ਬਹੁਤ ਵਧੀਆ ਲੱਗਾ ਜੀ, ਆ ਕੇ ਖੇਡ ਕੇ ਸਾਰੇ ਦਰਸ਼ਕਾਂ ਦੇ ਲੋਕਾਂ ਦਾ ਬਹੁਤ ਪਿਆਰ ਦਿੱਤਾ, ਸਾਰੇ ਖੁਸ਼ ਹੈ। ਤੁਹਾਨੂੰ ਇੰਡੀਆ ਦੀ ਇਸ ਟਾਈਮ ਕਬੱਡੀ ਦਾ ਸੁਪਰ ਸਟਾਰ ਕਿਹਾ ਜਾ ਰਿਹਾ ਔਰ ਪਾਕਿਸਤਾਨ ਵਿੱਚ ਪਹਿਲੀ ਵਾਰੀ ਤੁਸੀਂ ਆਏ ਹੋ, ਤੁਹਾਨੂੰ ਜੋ ਫੇਮ ਮਿਲਿਆ, ਜੋ ਗੇਮ ਮਿਲੀ ਹੈ, ਕੀ ਕਹਿਣਾ ਚਾਹੋਗੇ ਮੁਕਾਬਲੇ ਦੇ ਵੱਲ ਨਾਲ? ਅੱਜ ਜੋ ਹੋਇਆ ਟਫ ਮੁਕਾਬਲਾ ਤਾਂ ਹੋਇਆ ਹੀ ਹੈ। ਬਸ ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਪਿਆਰ ਕਰਦੇ ਇਸੇ ਤਰ੍ਹਾਂ ਹੀ ਉੱਤੇ ਮੈਚ ਹੁੰਦੇ ਰਹਿਣ ਤੇ ਪਾਕਿਸਤਾਨ ਔਰ ਇਹ ਪਾਕਿਸਤਾਨ ਕਬੱਡੀ ਦੇ ਹੈ। ਤੁਸੀਂ ਚਾਹੁੰਦੇ ਹੋ ਕਿ ਮੈਚ ਹੁੰਦੇ ਰਹਿਣ ਤਾਂ ਕਿ ਦੋਵਾਂ ਟੀਮਾਂ ਦੇ ਨੌਜਵਾਨ ਪ੍ਰਮੋਟ ਹੋਣਗੇ ਨਵੀਂ ਕਬੱਡੀ? ਜ਼ਰੂਰ ਜ਼ਰੂਰ ਜੀ, ਮੈਚ ਹੋਣਾ ਚਾਹੀਦਾ, ਜ਼ਰੂਰੀ, ਪਿਆਰ ਬਣਿਆ ਰਹੂਗਾ, ਜ਼ਰੂਰੀ ਆ, ਜ਼ਰੂਰੀ ਆ। ਥੈਂਕ ਯੂ।